ਸਤਿਕਾਰ ਜੀ ਸਾਰਿਆਂ ਨੂੰ। ਮੀਂਹ ਰੱਖਣਾ ਬਣ ਦਿਆ ਅਤੇ ਮੀਂਹ ਹੱਥਾਂ ਦਾ ਨਾਂ ਨਹੀਂ ਲੈਣ ਦਿਆ। ਉੱਤੋਂ ਤਾਂ ਪੰਗੂ ਦਾ ਪੱਠੇ ਪਾਉਂਦਾ ਟਾਈਮ ਹੋ ਯਾਰ, ਸਰ ਪੱਠਿਆਂ ਨੂੰ ਪੰਗ ਹੁੰਦਾ ਜੀ। ਮੈਂ ਜਦੋਂ ਮੀਂਹ 'ਚੋਂ ਪੱਠੇ ਕੱਢਣੇ ਹੀ ਪੈਣੇ, ਮੀਂਹ 'ਚ ਪੱਠੇ ਕੱਢਣੇ ਹੀ ਪੈਣੇ ਆ। ਮੈਂ ਚਲੋ ਮੀਂਹ ਹੱਟੂਗਾ ਪੱਠੇ ਕੱਢਾਂ ਦੇ, ਪਰ ਮੀਂਹ ਤਾਂ ਹੰਡਾ ਨਹੀਂ ਗਿਆ ਹੁਣ, ਲੱਗਦਾ ਮੀਂਹ 'ਚ ਪੱਠੇ ਕੱਢਣੇ ਪੈਣੇ। ਸਤਿਕਾਰ ਜੀ, ਆਪਾਂ ਪਾਹੁਣ ਪੱਠੇ ਮੰਗਦੇ ਨੇ, ਸਾਢੇ ਚਾਰ ਹੋ ਰਹੇ ਆ ਅਤੇ ਅਜੇ ਮੀਂਹ ਬਣਦੇ ਆ, ਮੀਂਹ ਨਹੀਂ ਪੈਂਦੇ ਆ ਅਤੇ ਨਵੇਂ ਜਿਹੜਾ ਮੀਂਹ ਬਣਦਾ ਵੀ ਕਿੰਨਾ ਭਾਰਾ ਮੀਂਹ ਹੋ ਜਾ। ਹੁਣ ਤਾਂ ਆਪਾਂ ਤਾਂ ਮੀਂਹ 'ਚ ਪੱਠੇ ਕੱਢਣੇ ਪੈ ਜਾਂਦੇ ਆ। ਸਟਾਰਟ ਕਰੀਏ ਪੱਠੇ ਕੱਢਣ ਨੂੰ, ਵੇਖੋ ਉੱਤੋਂ ਮੀਂਹ ਵੀ ਕਿੰਨਾ ਤੇਜ਼ ਆ, ਪੱਠੇ ਕੱਢਣਾ ਪੈਣਾ ਨਾ ਤੇਜ਼ ਨੂੰ। ਆ ਜਿਹੜਾ ਅੱਠ ਮਹੀਨੇ ਦੇ ਜਿਹੜਾ ਕਿੰਨਾ ਮੀਂਹ ਪੈ ਗਿਆ, ਬਹੁਤ ਜ਼ਿਆਦਾ ਮੀਂਹ ਪੈ ਗਿਆ। ਅਜੇ ਵੀ ਰਹਿੰਦ ਮੀਂਹ ਪੈਂਦਾ, ਸਤੰਬਰ 'ਚ ਪਤਾ ਨਹੀਂ ਕਿੰਨਾ ਪੈਂਦਾ। ਪੱਠੇ ਕੱਢਣੇ ਪੈਂਦੇ ਮੀਂਹ ਦੇ ਵਿੱਚ, ਜਦੋਂ ਪੁੱਟਾ ਲੈਂਦਾ ਮੀਂਹ ਆ ਜਾਂਦਾ। ਅੱਜ ਫਿਰ ਮੀਂਹ ਵੱਧ ਗਿਆ ਯਾਰ, 11-12 ਵਜੇ ਦਾ ਕਿਲੋ ਚਾਹ ਨਹੀਂ ਇੰਨਾ ਮੀਂਹ ਪਿਆ ਜੀ ਅੱਧ ਮਹੀਨੇ 'ਚ, ਤੁਹਾਨੂੰ ਸਾਰਾ ਹੀ ਪਤਾ ਹੀ ਹੈ। ਉਹ ਕਿਹਾ ਕਿ ਕਦੇ ਹੀ ਪਈ, ਤਦ ਜੁਲਾਈ 'ਚ ਬੜਾ ਮੀਂਹ ਪੈ ਗਿਆ, ਜਦੋਂ ਹਾਰ ਆ ਗਿਆ ਜੁਲਾਈ 'ਚ 6-7 ਜੁਲਾਈ ਨੂੰ, ਤੁਹਾਨੂੰ ਪਤਾ ਗਿਆ ਜੀ ਉਹਨਾਂ ਨਾਲ ਪਤੰਗ ਲਾਉਂਦੇ ਨਾ ਪੱਤੇ ਮੋਟੇ ਆ, ਸੂਬੇ ਗ੍ਰਹਿ ਦਾ ਪੱਤੇ ਜਿਹੜਾ ਚਾਰ ਦਿਨ ਚਾਰ ਚੋਰੀਆਂ ਦਾ ਚਾਰ ਚੋਟੀਆਂ ਦਾ ਕਦੇ ਵੀ ਨਹੀਂ ਹੁੰਦਾ, ਜਿਹੜਾ ਉਹ ਪੱਤੇ ਆ ਜੀ। ਕੰਪਨੀ ਦਾ ਜਲਦੀ ਕੱਪੜੇ ਕੁੱਤਰੀਏ ਕੱਪੜੇ ਪਹਿਣਗੇ ਪਸ਼ੂ ਦਰਸ਼ਨ ਦੇ ਆ ਬਾਬਾ ਮੇਹ ਕਰ ਮੀਂਹ ਪਈਏ ਬਾਕੀ ਕਰਦੇ ਹਨ ਲੱਗਿਆ। ਤੁਸੀਂ ਦੱਸੋ ਹੁਣ, ਤੁਸੀਂ ਤਾਂ ਮੀਂਹ 'ਚ ਪੱਠੇ ਕੱਢਣ ਹੁੰਦੇ ਹੋ, ਆਪਾਂ ਨੇ ਹਾਲ ਚਾਲ ਇੱਦਾਂ ਹੀ ਕਰਨਾ ਪੈਂਦਾ ਜਦੋਂ ਮੀਂਹ ਆਉਂਦਾ ਹੈ। ਤੰਗਲੀ ਨਵਾਂ ਅਤੇ ਲੱਗਿਆ ਪੱਠਿਆਂ ਦਾ ਅਤੇ ਪੱਠੇ ਬੈਗ ਲੈ ਜਾਂਦੇ ਜੀ ਹਵਾ ਨੇ ਉੱਜ ਕੇ, ਅਤੇ ਮੈਂ ਟੰਗਲੀ ਥੱਲੇ ਬੈਠੀ ਕਿਤੇ ਵਿੱਚ ਕਿੰਨਾ ਮੀਂਹ ਬਣ ਗਿਆ। ਤੁਹਾਨੂੰ ਅੱਜ ਪੱਤੇ ਲਿਆਂਦੇ ਸਵੇਰੇ ਸਵੇਰੇ ਬੱਦਲ ਆਵਾਜ਼ ਨਾਲ ਹੀ, ਉਦੋਂ ਜੇ ਪੱਤੇ ਲਿਆਂਦੀ ਹੈ ਕਿ ਤੂੰ ਉਦੋਂ ਬੱਦਲ ਹੀ ਨਾ ਆਈ, ਤੁਹਾਨੂੰ ਭੈਣ ਨਾਲ ਲਿਆਂਦੇ। ਵਾਹ
ਬਾਬਾ ਜੀ ਬਚ ਪੈ ਗਿਆ, ਕਿੰਨਾ ਮੀਂਹ ਪੈਣਾ ਹੁਣ, ਬਚ ਨਹੀਂ ਕਰ ਗਿਆ ਬਾਬਾ, ਬੜਾ ਬੁਰਾ ਹਾਲ ਮੀਂਹ 'ਚ। ਨਹੀਂ ਜਦ ਡਿੱਗ ਪੈਂਦਾ ਵੇਲਾ ਕਿੰਨਾ ਚਿੱਕਾ ਵਾਲਾ ਹੋ ਜਾਂਦਾ, ਕੱਚ ਗਿਆ ਮੱਛਰ ਜਿਹਾ ਜ਼ਿਆਦਾ ਹੋ ਜਾਂਦਾ। ਜੇ ਪਸ਼ੂ ਰੱਖੇ ਗਿਆ ਪਸ਼ੂ ਨੂੰ ਸਾਂਭਣਾ ਹੀ ਪੈਣਾ ਨਾ, ਇਹ ਰਹੀ ਗੱਲ ਵਾ। ਪਸ਼ੂ ਰੱਖ ਲਏ ਅਤੇ ਚੋਰੀ ਕਾਹਦੀ, ਚੋਰੀ ਦਾ ਗਿਆ ਇਹਦਾ ਮਿਹਨਤ ਪੈਣੀ ਪੈਂਦੀ ਹੈ। ਇੱਦਾਂ ਹੋਏ ਵਿਹਲੇ ਬੈਠੇ ਬੈਠੇ ਪਸ਼ੂ ਅੱਧ ਦੁੱਧ ਦੇਈ ਜਾਊ, ਪਹਿਲੇ ਨੂੰ ਪੱਤੇ ਪਾਉਣੇ ਪੈਂਦੇ ਆ ਵਨ ਜੇ ਵੀਡੀਓ ਵਧੀਆ ਲੱਗਦੀਆਂ ਨਾ ਲਾਈਕ ਕਮੈਂਟ ਜ਼ਰੂਰ ਕਰਨਾ, ਅਤੇ ਨਾਲ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇ ਰਹਿਣ, ਅਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ। ਓਕੇ ਬਾਏ, ਮਿਲਦੇ ਹਾਂ ਅਗਲੀ ਵੀਡੀਓ 'ਚ।